ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਭਾਰਤ ਨੂੰ ਮੌਜੂਦਾ ਟਕਰਾਅ ਲਈ ਜ਼ਿੰਮੇਵਾਰ ਠਹਿਰਾਇਆ ਹੈ ਸੋ ਚੀਨ ਦਾ ਕਹਿਣਾ ਹੈ ਕਿ ਭਾਰਤ ਨੇ ਲਦਾਖ ਅਤੇ ਅਰੁਣਾਚਲ ਪ੍ਰਦੇਸ਼ ਦੇ ਜਿਹੜੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਸੋ ਭਾਰਤ ਚੀਨ ਨਾਲ ਲੱਗਦੀ ਸਰਹੱਦ ਉੱਤੇ ਵੀ ਇਨਫਰਾਸਟ੍ਰਕਚਰ ਬਣਾ ਕੇ ਪ੍ਰਕਾਰ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਕਰ ਰਿਹਾ ਹੈ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਵਿਚਾਰ ਹਨ ਦੇਖੋ ਹੁਣ ਮੈਨੂੰ ਲੱਗਦਾ ਹੈ ਵੀ ਚੀਨ ਨੇ ਸਿੱਧੇ-ਸਿੱਧੇ ਹੀ ਇਹਨਾਂ ਨੂੰ ਟੱਕਰਨਗੇ ਜੀ ਅਸੀਂ ਕੱਲ ਜਿਹੜਾ ਸੈਗਮੈਂਟ ਕੀਤਾ ਚੀਨ ਦੇ ਹਵਾਲੇ ਨਾਲ ਕਿ ਕਿਵੇਂ ਇਹਨਾਂ ਦਾ 7ਵਾਂ ਰਾਊਂਡ ਵੀ ਫੇਲ ਹੋਇਆ ਹਾਲਾਂ ਉਦੋਂ ਤੱਕ ਇਹ ਸੀ ਜੀ ਗੱਲਬਾਤ ਹੋਈ ਡੀ ਐਸਕੇਲੇਸ਼ਨ ਔਰ ਉਹ ਸਾਰਿਆਂ ਨੂੰ ਘਟਾਉਣ ਦੀ ਟੈਨਸ਼ਨ ਇਹ ਵੋ ਪਰ ਅਸੀਂ ਇਹ ਕਿਹਾ ਸੀ ਕਿ ਵੀ ਲੌਟ ਕੇ ਬੁੱਧੂ ਘਰ ਤੋਂ ਆਏ ਕੁਛ ਨਹੀਂ ਨਿਕਲਿਆ ਹੈ ਇਹ ਸਾਰੇ 'ਚੋਂ ਔਰ ਚਾਈਨਾ ਆਪਣੀ ਪੋਜੀਸ਼ਨ ਉਸੇ ਹੀ ਖੜ੍ਹਾ ਹੈ ਜੋ ਉਹਨਾਂ ਦੀ ਪਹਿਲੇ ਦਿਨ ਤੋਂ ਸੀ ਔਰ ਇਹ 8.5 ਘੰਟੇ ਚੱਲੀ ਗੱਲਬਾਤ ਜਿਹੜੀ ਹੈ ਇਹਨਾਂ ਲਈ ਫਰਦਰ ਨਮੋਸ਼ੀ ਹੈ ਲੇਕਿਨ ਇਹਨਾਂ ਨੇ ਜਿਵੇਂ ਉਹ ਬਰੇਵ ਫੇਸ ਝੂਠਾ ਰੱਖਣਾ ਹੁੰਦਾ ਲੇਕਿਨ ਅੱਜ ਦੋ ਖਬਰਾਂ ਜਿਹੜੀਆਂ ਇਸ ਹਵਾਲੇ ਦੇ ਨਾਲ ਇਹ ਦੱਸਦੀਆਂ ਨੇ ਕਿ ਚੀਨ ਹੁਣ ਇਸ ਸਾਰੇ ਦੇ ਉੱਤੇ ਕੁਆਇਟ ਐਗਰੈਸਿਵ ਮੋਡ 'ਚ ਆਇਆ ਉਹਦੇ ਦੋ ਰੀਜ਼ਨ ਜ਼ਾਹਰ ਨੇ ਵੀ ਇੱਕ ਜੇ ਇੱਕ ਪਾਸੇ ਟਰੰਪ ਆਫੀਸ਼ਲਸ ਨੂੰ ਬੇਸ਼ੱਕ ਉਹਨਾਂ ਦੇ ਵਿੱਚ ਪਹਿਲਾਂ ਮਾਈਕ ਪੋਂਪੀਓ ਜਿਹੜਾ ਕੁਆਡ ਮੀਟਿੰਗ ਦੇ ਲਈ ਗਿਆ ਔਰ ਉੱਥੇ ਜਾ ਕੇ ਆਸਟ੍ਰੇਲੀਆ ਦੇ ਵਿੱਚ ਟੋਕੀਓ ਦੇ ਵਿੱਚ ਉਹਨਾਂ ਨੇ ਸਿੱਧਾ ਸਿੱਧਾ ਹੀ ਕਿਹਾ ਜੀ ਇਹ ਚੀਨ ਔਰ ਉਹਨੂੰ ਘੇਰਨ ਦੀ ਲਾ ਉਹਨੇ ਤਾਂ ਕੋਈ ਮਿੰਸ ਨਹੀਂ ਕੀਤੇ ਵਰਡਸ ਹਾਲਾਂ ਆਸਟ੍ਰੇਲੀਆ ਇੰਡੀਆ ਜਪਾਨ ਨੇ ਆਪਣੇ ਮੂੰਹ ਇਸ ਕਿਸਮ ਦੀ ਗੱਲ ਨਹੀਂ ਕੱਢੀ ਪਰ ਨਜ਼ਰ ਆ ਰਿਹਾ ਹੁੰਦਾ ਕਿ ਵੀ ਤੁਸੀਂ ਕਿਹਨਾਂ ਦਾ ਸਾਥ ਦੇ ਰਹੇ ਹੋ ਔਰ ਚਾਈਨਾ ਨੇ ਇੱਕ ਸਟੇਜ 'ਤੇ ਤਾਂ ਉਸ ਸਾਰੇ ਨੂੰ ਜਿਹੜਾ ਇਹ ਹੀ ਕਿਹਾ ਸੀ ਕਿ ਵੀ ਇਹ ਸੋਡੇ ਦੀ ਝੱਗ ਵਾਂਗ ਹੈ ਬਹਿ ਜਾਏਗਾ ਔਰ ਇਹ ਜਸਟ ਇੱਕ ਪਬਲਿਸਿਟੀ ਦੇਣ ਦੇ ਲਈ ਹੈ ਟੂ ਕੈਚ ਸਮ ਹੈਡਲਾਈਨਸ ਇਹ ਉਹਨਾਂ ਦੀ ਬਿਗਨਿੰਗ ਸੀ ਜਦੋਂ ਕਹਿਣ ਦੀ ਉਹਦੇ 'ਚ ਦੋ ਉਹਨਾਂ ਨੇ ਲਫਜ਼ ਵਰਤੇ ਸੀ 2018 'ਚ ਜਦੋਂ ਇਹ ਆਈਡੀਆ 2017 ਦੇ ਵਿੱਚ ਪਹਿਲਾਂ ਚੱਲਦਾ ਕਿ ਹੈਡਲਾਈਨ ਗ੍ਰੈਬਿੰਗ ਆਈਡੀਆ ਇਹ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਔਰ ਫਿਰ ਉਹਨੇ ਕਿਹਾ ਕਿ ਵੀ ਵਿਲ ਡਿਸੀਪੇਟ ਲਾਈਕ ਸੀ ਫੋਮ ਜਿਵੇਂ ਸਮੁੰਦਰ ਦੀ ਝੱਗ ਹੁੰਦੀ ਹੈ ਇਵੇਂ ਹੀ ਇਹ ਬਹਿ ਜਾਏਗਾ ਪਰ ਹੁਣ ਉਹ ਇਹਨੂੰ ਉਹਨਾਂ ਨੇ ਕਿਵੇਂ ਪੂਰੇ ਉਸੇ ਅੰਦਾਜ਼ 'ਚ ਇੱਕ ਫਿਰ ਜਦੋਂ ਅਸੀਂ ਇਸ ਵਾਰ ਉਹਨਾਂ ਦਾ ਰਿਐਕਸ਼ਨ ਦੇਖਦੇ ਹਾਂ ਤਾਂ ਉਹਨਾਂ ਨੇ ਇਹਨੂੰ ਮਿੰਨੀ ਨੈਟੋ ਕਿਹਾ ਸੀ ਕਿ ਵੀ ਇਹ ਕੋਲਡ ਵਾਰ ਈਰਾ ਨੂੰ ਵਾਪਸ ਖੜ੍ਹਾ ਕਰ ਰਹੇ ਨੇ ਹੁਣ ਚਾਈਨਾ ਨੇ ਜੇ ਭਾਰਤ ਨੂੰ ਲੱਗਦਾ ਹੈ ਕਿ ਵੀ ਅਸੀਂ ਬੜਾ ਅਮਰੀਕਾ ਦੇ ਨਾਲ ਯਾਰੀ ਔਰ ਜਿਹੜਾ ਇਹਨਾਂ ਦਾ 2+2 ਡਾਇਲੋਗ ਹੈ ਉਹ ਵੀ ਅਕਤੂਬਰ ਦੇ ਲਾਸਟ ਹੋਣ ਦੀ ਗੱਲ ਔਰ ਉਹਨਾਂ ਦਾ ਡਿਪਟੀ ਸੈਕਟਰੀ ਆਫ ਸਟੇਟ ਇੰਡੀਆ ਗਿਆ ਔਰ ਉੱਥੇ ਵੀ ਸਾਰਿਆਂ ਨਾਲ ਮੀਟਿੰਗ ਕੀਤੀ ਹੁਣ ਅੱਜ ਦੀਆਂ ਖਬਰਾਂ ਇਹ ਵੀ ਨੇ ਵੀ ਆਲਰੇਡੀ ਇੱਕ ਐਗਰੀਮੈਂਟ 'ਤੇ ਸਾਈਨ ਹੋਣ ਜਾ ਰਹੇ ਨੇ ਜਿੱਥੇ ਸਮੁੰਦਰ ਦੇ ਹਵਾਲੇ ਨਾਲ ਬਹੁਤ ਸਾਰੀ ਇੰਟੈਲੀਜੈਂਸ ਸ਼ੇਅਰਿੰਗ ਅਮਰੀਕਾ ਔਰ ਇੰਡੀਆ ਕਰੇਗਾ ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਇੰਡੀਆ ਨੇ ਆਪਣੇ ਆਪ ਨੂੰ ਉਸ ਪੋਜੀਸ਼ਨ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਇਹ ਉਹਨਾਂ ਦਾ ਪਿਆਦਾ ਹੋਏਗਾ ਉਸ ਖਿੱਤੇ ਦੇ ਵਿੱਚ ਅਮਰੀਕਾ ਦਾ ਔਰ ਬੇਸ਼ੱਕ ਬਹੁਤਿਆਂ ਨੂੰ ਤਾਂ ਚੀਨ ਦੇ ਹਵਾਲੇ ਨਾਲ ਇਹ ਨਜ਼ਰ ਆ ਰਿਹਾ ਇਹ ਸੋਚਣ ਤੋਂ ਕਾਰੀ ਨੇ ਕਿ ਉਹਨਾਂ ਨੂੰ ਕਿ ਇਹਦੇ ਨਾਲ ਰਸ਼ੀਆ ਵੀ ਕਿਵੇਂ ਭਾਰਤ ਤੋਂ ਡਿਸਟੈਂਸ ਬਣਾਏਗਾ ਔਰ ਰਸ਼ੀਆ ਚਾਈਨਾ ਕਿਉਂਕਿ ਬੇਸ਼ੱਕ ਰਸ਼ੀਆ ਇਸ ਵੇਲੇ ਸੁਪਰ ਪਾਵਰ ਨਹੀਂ ਹੈ ਲੇਕਿਨ ਐਂਬੀਸ਼ਨ ਤਾਂ ਉੱਥੇ ਹੀ ਖੜ੍ਹੇ ਨੇ ਔਰ ਰਸ਼ੀਆ ਕੋਈ ਡਿਸਮਿਸੇਬਲ ਪਾਵਰ ਨਹੀਂ ਹੈ ਉਹਨੇ ਮਿਡਲ ਈਸਟ 'ਚ ਵੀ ਦੱਸਿਆ ਸੀਰੀਆ ਦੇ ਮੁੱਦੇ 'ਤੇ ਆਪਣਾ ਸਟੈਂਡ ਲੈ ਕੇ ਔਰ ਹੁਣ ਵੀ ਜੇ ਜਾ ਕੇ ਅਲਟੀਮੇਟਲੀ ਭਾਵੇਂ ਉਹ ਇਹਨਾਂ ਦਾ ਸੀਜ਼ ਫਾਇਰ ਚੱਲਿਆ ਨਹੀਂ ਹੈ ਅਰਮੀਨੀਆ ਅਜ਼ਰਬਾਈਜ਼ਾਨ ਦਾ ਪਰ ਉਹ ਮਾਸਕੋ ਦੇ ਵਿੱਚ ਹੀ ਹੁੰਦਾ ਜਾ ਕੇ ਇਸੇ ਤਰ੍ਹਾਂ ਜੇ ਅਫਗਾਨ ਗੱਲਬਾਤ ਦੇ ਵਿੱਚ ਵੀ ਸੀ ਤਾਲਿਬਾਨ ਦੇ ਨਾਲ ਵੀ ਉਹਦੇ 'ਚ ਵੀ ਰਸ਼ੀਆ ਪਲੇਅਰ ਸੀ ਹੁਣ ਜੇ ਭਾਰਤ ਦਾ ਤੁਸੀਂ ਆਰਮੀ ਇਕਵਿਪਮੈਂਟ ਦੇਖੋ ਸਾਰਾ ਉਹ ਈਵਨ ਨੇਵੀ ਦੇ ਹਵਾਲੇ ਨਾਲ ਦੇਖੋ ਏਅਰਫੋਰਸ ਦੇ ਹਵਾਲੇ ਨਾਲ ਦੇਖੋ 65% ਹੁਣ ਤੱਕ ਉਹ ਰਸ਼ੀਆ ਨੇ ਹੁਣ ਤੁਸੀਂ ਜੇ ਅਮਰੀਕਾ ਦੇ ਨਾਲ ਇੰਟੈਲੀਜੈਂਸ ਸ਼ੇਅਰਿੰਗ ਦਾ ਸਮਝੌਤਾ ਕਰ ਰਹੇ ਹੋ ਤਾਂ ਜ਼ਾਹਰ ਹੈ ਕਿ ਰਸ਼ੀਆ ਜਿਹੜਾ ਹੈ ਉਹਦੇ ਕੰਨ ਖੜ੍ਹੇ ਹੋ ਗਏ ਔਰ ਇਹ ਹੋਏਗਾ ਵਨ ਵੇ ਟ੍ਰੈਫਿਕ ਹੀ ਕਿਉਂਕਿ ਇੰਡੀਆ ਦਾ ਤਾਂ ਪੱਲੇ ਕੁਛ ਨਹੀਂ ਹੈ ਇਹਦਾ ਜੇ ਜਹਾਜ਼ਾਂ ਦੀ ਗਿਣਤੀ ਕਰੀ ਜਾਂਦੇ ਨੇ ਰਫੇਲ ਨੂੰ ਗੰਢੇ 'ਤੇ ਮਿਰਚਾਂ ਬੰਨ੍ਹ ਕੇ ਲਿਆਏ ਇੱਧਰ ਇਵੇਂ ਹੀ ਇਹਨਾਂ ਨੂੰ ਤਾਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਵੀ ਆ ਪਿੱਛੇ ਜੇ ਇਹਨਾਂ ਦੇ ਜਿਹੜੇ ਨੇ ਉਹ ਜਦੋਂ ਕੋਈ ਪਾਇਰੇਟਸ ਲੈ ਜਾਂਦੇ ਨੇ ਸੋਮਾਲੀਆ ਵਾਲੇ ਜਾਂ ਦੂਜੇ ਇਹਨਾਂ ਦੇ ਕੱਢ ਕੇ ਅਤੇ ਇਹ ਦਲਾਲਾਂ ਲਈ ਪੈਸੇ ਦੇ ਕੇ ਆਪਣੇ ਬੰਦੇ ਛਡਾਉਂਦੇ ਨੇ ਕਿੱਥੋਂ ਦੀ ਨੇਵੀ ਪਾਵਰ ਬਣੀ ਹੋਈ ਹੈ ਔਰ ਪਹਿਲੇ ਸਟੈਪ ਦੇ ਤੌਰ 'ਤੇ ਇਹਨਾਂ ਨੇ ਮਾਲਦੀਵ ਜਿਹੜਾ
ਸਮਹੌ ਰਾ ਨੇ ਆਪਣੇ ਇਨਫਲੂਐਂਸ ਥੱਲੇ ਲਿਆਂਦਾ ਸੀ ਉਹ ਵੀ ਅਮਰੀਕਾ ਨਾਲ ਸ਼ੇਅਰ ਕਰਨ ਦੀ ਲਾਈਨ ਮੰਨ ਲਈ ਇੰਟੈਲੀਜੈਂਸ ਦਾ ਮਤਲਬ ਇਹ ਹੈ ਕਿ ਇਹ ਉੱਥੇ ਪਿਆਦਾ ਹੋਏਗਾ ਔਰ ਰਸ਼ੀਆ ਵੀ ਇੰਡੀਆ ਤੋਂ ਡਿਸਟੈਂਸ ਕਰੇਗਾ ਲੇਕਿਨ ਇਸ ਦੇ ਨਾਲ ਨਾਲ ਜਿਹੜਾ ਇਹ ਐਂਡ 'ਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਜੇ ਕੋਈ ਚੇਂਜ ਹੁੰਦੀ ਹੈ ਚੇਂਜ ਆਫ ਗਾਰਡ ਉਸ ਤੋਂ ਪਹਿਲਾਂ ਪਹਿਲਾਂ ਜੋ ਇਹ ਕਾਹਲੀ ਕਰ ਰਹੇ ਨੇ ਇਹੀ ਜਿਹੜੀਆਂ ਆਪਸ਼ਨਸ ਨੇ ਪਹਿਲੀਆਂ ਭਾਰਤ ਦੀਆਂ ਹਕੂਮਤਾਂ ਕੋਲ ਵੀ ਅਵੇਲੇਬਲ ਸੀ ਪਰ ਉਹਨਾਂ ਨੇ ਵੈਰੀ ਵਾਈਜ਼ਲੀ ਇੱਕ ਡਿਸਟੈਂਸ ਰੱਖਿਆ ਤਾਂ ਕਿ ਅਸੀਂ ਕਿਸੇ ਜੰਗ ਦੇ ਵਿੱਚ ਜਿਹੜਾ ਉਹ ਨਾ ਫਸ ਜਾਈਏ ਇਸ ਲਈ ਇਰਾਕ ਵਾਰ ਦੇ ਵਿੱਚ ਵੀ ਇੰਡੀਆ ਇਨਵੋਲਵ ਨਹੀਂ ਹੋਇਆ ਇਹਦੇ ਬਾਵਜੂਦ ਉਦੋਂ ਵੀ ਅਮਰੀਕਾ ਚਾਹੁੰਦਾ ਸੀ ਪਰ ਹੁਣ ਮੈਨੂੰ ਲੱਗਦਾ ਕਿ ਵੀ ਇਹਨਾਂ ਦਾ ਸਿਰ ਭਨਾਉਣ ਦਾ ਵੇੜਾ ਆ ਗਿਆ ਔਰ ਇਹ ਕਰ ਰਹੇ ਨੇ ਹੁਣ ਚਾਈਨਾ ਨੇ ਵੀ ਇਸ ਦੇ ਉੱਤੇ ਜੋ ਇਹਨਾਂ ਨੇ ਕੁਆਡ ਦਾ ਹਿੱਸਾ ਬਣੇ ਚਾਈਨੀਜ਼ ਫੋਰਨ ਮਿਨਿਸਟਰ ਜਿਹੜੇ ਨੇ ਉਹ ਅੱਜ ਕੱਲ੍ਹ ਮਿਸਟਰ ਵਾਂਗ ਯੀ ਇਹ ਪੰਜ ਦੇਸ਼ਾਂ ਦੇ ਦੌਰੇ 'ਤੇ ਨਿਕਲੇ ਹੋਏ ਨੇ ਹੁਣ ਉਹ ਮਲੇਸ਼ੀਆ 'ਚ ਸਨ ਔਰ ਉਸ ਤੋਂ ਬਾਅਦ ਉਹਨਾਂ ਨੇ ਕੰਬੋਡੀਆ ਲਾਓਸ ਥਾਈਲੈਂਡ ਸਿੰਗਾਪੁਰ ਕਿਤੇ ਬਰੀਫ ਸਟੋਪ ਓਵਰ ਹੈ ਅੱਗੇ ਅੱਗੇ ਜਾਣਾ ਪਰ ਉਹਨਾਂ ਨੇ ਇਹ ਗੱਲ ਬੜੀ ਕਲੀਅਰਲੀ ਕਹੀ ਹੈ ਔਰ ਹੁਣ ਇਹ ਜ਼ਾਹਰ ਹੈ ਵੀ ਚਾਈਨਾ ਨੇ ਵੀ ਇਹਨਾਂ ਨੂੰ ਵੰਗਾਰ ਦਿੱਤਾ ਹੈ ਪੂਰਾ ਇਨ ਅ ਸੈਂਸ ਦ ਇੰਡੋ ਪੈਸਿਫਿਕ ਸਟ੍ਰੈਟਜੀ ਏਮਸ ਟੂ ਬਿਲਡ ਏ ਸੋ ਕਾਲਡ ਇੰਡੋ ਪੈਸਿਫਿਕ ਨੈਟੋ ਅੰਡਰਪਿੰਡ ਬਾਈ ਦਾ ਕੁਆਡਰੀਲੇਟਰ ਮੈਕਨਿਜ਼ਮ ਇਨਵੋਲਵਿੰਗ ਦਾ ਯੂਨਾਈਟਿਡ ਸਟੇਟਸ ਜਪਾਨ ਇੰਡੀਆ ਐਂਡ ਆਸਟ੍ਰੇਲੀਆ ਉਹ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਇੰਡੋ ਪੈਸਿਫਿਕ ਨੈਟੋ ਹੈ ਪਰ ਉਹਦਾ ਪਰਪਜ਼ ਕੀ ਹੋਏਗਾ ਉਹਨਾਂ ਨੇ ਫਿਰ ਇਹ ਵਾਰਨ ਵੀ ਕੀਤਾ ਉਹਨਾਂ ਨੇ ਕਿਹਾ ਕਿ ਵੀ ਐਜ ਪਾਰਟਨਰਸ ਇਨ ਦਿਸ ਕੁਆਡ ਇਟ ਇਜ਼ ਮੋਰ ਕ੍ਰਿਟੀਕਲ ਨਾਓ ਦੈਨ ਐਵਰ ਦੈਟ ਵੀ ਇਹ ਕਿਉਂਕਿ ਅਮਰੀਕਾ ਨੇ ਕਿਹਾ ਸੀ ਉੱਥੇ ਮਾਈਕ ਪੋਂਪੀਓ ਨੇ ਕਿ ਜੀ ਇਹ ਹੁਣ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਸਾਰੇ ਇੱਕ ਪਲੇਟਫਾਰਮ 'ਤੇ ਆਈਏ ਪਰ ਇਹਦੇ ਜਵਾਬ 'ਚ ਉਹਨੇ ਕਿਹਾ ਚਾਈਨੀਜ਼ ਫੋਰਨ ਮਿਨਿਸਟਰ ਨੇ ਵਟ ਇਟ ਪਰਸਿਊਜ ਇਜ਼ ਟੂ ਟਰੰਪੈਟ ਦ ਕੋਲਡ ਵਾਰ ਮੈਂਟੈਲਿਟੀ ਐਂਡ ਟੂ ਸਟਰ ਅਪ ਕਨਫਰੰਟੇਸ਼ਨ ਅਮੰਗ ਡਿਫਰੈਂਟ ਗਰੁੱਪਸ ਐਂਡ ਬਲੋਕਸ ਐਂਡ ਟੂ ਸਟੋਕ ਜੀਓ ਪੋਲੀਟੀਕਲ ਕੰਪੀਟੀਸ਼ਨ ਵਟ ਇਟ ਮੈਂਟੇਨਸ ਇਜ਼ ਦ ਡੋਮੀਨੈਂਸ ਐਂਡ ਹੈਜੀਮੋਨਿਕ ਸਿਸਟਮ ਆਫ ਦ ਯੂਨਾਈਟਿਡ ਸਟੇਟਸ ਹੀ ਓਬਜ਼ਰਵਡ ਉਹਨਾਂ ਨੇ ਕਿਹਾ ਜੀ ਇਹ ਕੋਲਡ ਵਾਰ ਈਰਾ 'ਚ ਇਹ ਮਿੰਨੀ ਜਿਹੜੀ ਆ ਇੰਡੋ ਪੈਸਿਫਿਕ ਨਾਟੋ ਇਹਨਾਂ ਨੇ ਬਣਾ ਦਿੱਤੀ ਹੈ ਇਹ ਵਾਪਸ ਲਿਜਾਣਗੇ ਔਰ ਇਹਦੇ 'ਚ ਇਸ ਸਟ੍ਰੈਟਜੀ 'ਚੋਂ ਇਟ ਇਜ਼ ਬਿਗ ਅੰਡਰਲਾਈਂਗ ਸਿਕਿਉਰਿਟੀ ਰਿਸਕ ਇਫ ਇਟ ਇਜ਼ ਫੋਰਸ ਫੋਰਵਰਡ ਇਟ ਵਿਲ ਵਾਈਂਡ ਬੈਕ ਦ ਕਲੋਕ ਆਫ ਹਿਸਟਰੀ ਇਹ ਚਾਈਨੀਜ਼ ਦਾ ਸਟਾਈਲ ਹੈ ਕਹਿਣ ਦਾ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਹੋ ਔਰ ਗਲਤ ਰਸਤੇ 'ਤੇ ਤੁਸੀਂ ਕੋਲਡ ਵਾਰ ਮੈਂਟੈਲਿਟੀ ਇਹ ਤਾਂ ਕੁਆਡ ਦੇ ਹਵਾਲੇ ਨਾਲ ਕਿਹਾ ਪਰ ਜਿਹੜਾ ਹੁਣ ਇਹਨਾਂ ਨੇ ਕੱਲ੍ਹ ਅਸੀਂ ਕਿਹਾ ਸੀ ਕਿ ਵੀ ਰਾਜਨਾਥ ਸਿੰਘ ਨੇ 44 ਜਿਹੜੇ ਨੇ ਆਂਡੇ ਦਿੱਤੇ ਨੇ ਅਸੀਂ ਮੈਂ ਕਿਹਾ ਸੀ ਵੀ ਪੁੱਲਾਂ ਦਾ ਉਦਘਾਟਨ ਕੀਤਾ ਕਿ ਆਂਡੇ ਦਿੱਤੇ ਸੋ ਉਹ ਆਂਡੇ ਦਿੱਤਿਆਂ ਦਾ ਚੀਨ ਨੇ ਬਿਲਕੁਲ ਠੀਕ ਨੋਟਿਸ ਕਿਉਂਕਿ ਜਿਹੜੇ 44 ਨੇ ਉਹਨਾਂ ਸਟੇਟਾਂ 'ਚ ਹੀ ਸੀ ਜਿਹੜੇ ਚੀਨ ਦੇ ਨਾਲ ਸਰਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਹੀ ਉਹ ਸਾਰਾ ਜਿਹੜੇ ਬਣਾਏ ਹੋਏ ਨੇ ਪਹਿਲੇ ਉਹਨਾਂ 'ਤੇ ਹੀ ਗਊ ਮੂਤਰ ਦੇ ਨਾਲ ਉਹਨੂੰ ਪਿਓਰ ਕਰਕੇ ਜਿਹੜਾ ਉਹਦੇ 'ਤੇ ਆਪਣਾ ਭਾਰਤ ਮਾਤਾ ਕੀ ਜੈ ਲਿਖਿਆ ਪਰ ਇਸ ਦੇ ਉੱਤੇ ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਬਹੁਤ ਸਖਤ ਲਾਈਨ ਲਈ ਹੈ ਔਰ ਉਹਨਾਂ ਨੇ ਇੱਕੋ ਸਟੇਟਮੈਂਟ ਦੇ ਵਿੱਚ ਹੀ ਸਾਰੇ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਤੁਸੀਂ ਲੱਦਾਖ ਔਰ ਅਰੁਣਾਚਲ ਪ੍ਰਦੇਸ਼ ਹੈ ਇਲੀਗਲ ਆਕੂਪੇਸ਼ਨ ਹੈ ਤੁਹਾਡੀ ਇਹਨੂੰ ਛੱਡੋ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਇਹ ਜੋ ਚੱਲ ਰਿਹਾ ਇੰਡੋ ਚਾਈਨਾ ਕਨਫਲਿਕਟ ਇਹਦੇ ਲਈ ਭਾਰਤ ਜ਼ਿੰਮੇਵਾਰ ਹੈ ਔਰ ਮੈਂ ਉਹਨਾਂ ਦੇ ਲਫ਼ਜ਼ ਜਿਹੜੇ ਨੇ ਚਾਈਨੀਜ਼ ਮਿਲਟ ਫੋਰਨ ਮਿਨਿਸਟਰੀ ਸਪੋਕਸਪਰਸਨ ਇੱਕ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਉਹਦੇ 'ਤੇ ਉਹਨਾਂ ਨੇ ਜਵਾਬ ਦਿੰਦਾ ਕਿਹਾ ਕਿ ਜਿਹੜਾ ਇਨ ਰਿਸਪੋਂਸ ਟੂ ਏ ਕੁਸ਼ਚਨ ਐਟ ਏ ਡੇਲੀ ਬਰੀਫਿੰਗ ਔਨ ਇੰਡੀਆ ਅਨਵੇਲਿੰਗ ਨਿਊ ਬ੍ਰਿਜਿਸ ਐਜ਼ ਪਾਰਟ ਆਫ ਅਪਗ੍ਰੇਡਿੰਗ ਦ ਬਾਰਡਰ ਇਨਫਰਾਸਟ੍ਰਕਚਰ ਇਨ ਲੱਦਾਖ ਐਂਡ ਇਨ ਅਰੁਣਾਚਲ ਪ੍ਰਦੇਸ਼ ਬਲੇਮਡ ਇੰਡੀਆ ਫੋਰ ਲਾਈਨ ਆਫ ਐਕਚੁਅਲ ਕੰਟਰੋਲ ਸਿਚੁਏਸ਼ਨ ਉਹਨੇ ਕਿਹਾ ਜੀ ਇਹ ਜੋ ਚੱਲ ਰਿਹਾ ਇਹਦੇ ਲਈ ਭਾਰਤ ਜ਼ਿੰਮੇਵਾਰ ਹੈ ਐਂਡ ਸੈਡ ਬੀਜਿੰਗ ਡਿਡ ਨਾਟ ਰੈਕੋਗਨਾਈਜ਼ ਲੀਗੈਲਿਟੀ ਆਫ ਲੱਦਾਖ ਇਹ ਪੋਜੀਸ਼ਨ ਬੀਜਿੰਗ ਟੁੱਕ ਲਾਸਟ ਈਅਰ ਐਜ਼ ਇਜ਼ ਇਟ ਅਪੋਜ਼ ਦਾ ਕ੍ਰੀਏਸ਼ਨ ਆਫ ਯੂਨੀਅਨ ਟੈਰੀਟੋਰੀ ਬਿਕੋਜ਼ ਇਟ ਇਨਕਲੂਡਿਡ ਵਿਦ ਇਨ ਇਟਸ ਬਾਰਡਰਸ ਅਕਸਾਈ ਚਿੰਨ ਕਰੰਟਲੀ ਔਕੂ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਲੱਦਾਖ ਦੀ ਆਕੂਪੇਸ਼ਨ ਨੂੰ ਨਹੀਂ ਪਾਉਂਦੇ ਫਿਰ ਉਹਨਾਂ ਨੇ ਅੱਗੋਂ ਫਸਟ ਆਈ ਵਾਂਟ ਟੂ ਮੇਕ ਇਟ ਕਲੀਅਰ ਦੈਟ ਚਾਈਨਾ ਡਜ਼ ਨਾਟ ਰੈਕੋਗਨਾਈਜ਼ ਲੱਦਾਖ ਯੂਨੀਅਨ ਟੈਰੀਟਰੀ ਇਲੀਗਲੀ ਸੈਟ ਅਪ ਬਾਈ ਦਾ ਇੰਡੀਅਨ ਸਾਈਡ ਐਂਡ ਡਜ਼ ਨਾਟ ਰੈਕੋਗਨਾਈਜ਼ ਅਰੁਣਾਚਲ ਪ੍ਰਦੇਸ਼ ਇੱਕੋ ਫਿਕਰੇ 'ਚ ਇਹਦਾ ਮਤਲਬ ਹੈ ਕਿ ਇਹ ਦੋਨੋਂ ਹੀ ਲੱਦਾਖ ਵੀ ਔਰ ਅਰੁਣਾਚਲ ਪ੍ਰਦੇਸ਼ ਦਾ ਫੁੱਲ ਫਲੈਜ ਸੂਬਾ ਬਣਾਇਆ ਹੋਇਆ
ਉਹਨਾਂ ਨੇ ਕਿਹਾ ਜੀ ਇਹਨਾਂ ਤੇ ਤੁਹਾਡਾ ਕੋਈ ਇਲੀਗਲ ਹੈ ਇਹ ਤੁਹਾਡਾ ਕੋਈ ਇਹਨਾਂ ਤੇ ਹੱਕ ਨਹੀਂ ਹੈ ਔਰ ਉਹਨਾਂ ਦੇ ਸਪੋਕਸਮੈਨ ਨੇ ਮਿਸਟਰ ਝਾਓ ਲੀਜੀਅਨ ਵੀ ਸਟੈਂਡ ਅਗੇਂਸਟ ਦਾ ਡਿਵੈਲਪਮੈਂਟ ਆਫ ਇਨਫਰਾਸਟ੍ਰਕਚਰ ਫੈਸਿਲਿਟੀਜ਼ ਏਮਡ ਐਟ ਮਿਲਟਰੀ ਕੰਟੈਂਸ਼ਨ ਅਲੋਂਗ ਦਾ ਬਾਰਡਰ ਏਰੀਆ ਕਿ ਆਹ ਜਿਹੜੇ ਤੁਸੀਂ ਆਂਡੇ ਦਿੱਤੇ ਨੇ 44 ਜਿਹੜੇ ਤੁਸੀਂ ਕਹਿ ਦਿੱਤੇ ਅਸੀਂ ਇਹਨਾਂ ਦੇ ਅਗੇਂਸਟ ਹੈ ਔਰ ਇਹ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਦੋਨੋਂ ਸਾਈਡਾਂ ਦੀ ਜਿਹੜੀ ਕੰਸੈਂਸਸ ਸੀ ਟੂ ਸਾਈਡ ਕੰਸੈਂਸਸ ਨੀਦਰ ਸ਼ੁੱਡ ਟੇਕ ਐਕਸ਼ਨਸ ਅਲੋਂਗ ਦਾ ਬਾਰਡਰ ਦੈਟ ਮਾਈਟ ਐਸਕੇਲੇਟ ਦਾ ਸਿਚੁਏਸ਼ਨ ਟੂ ਅਵੋਇਡ ਅੰਡਰਮਾਈਨਿੰਗ ਦਾ ਟੂ ਸਾਈਡਸ ਐਫਰਟਸ ਟੂ ਈਜ਼ ਦਾ ਸਿਚੁਏਸ਼ਨ ਉਹਨਾਂ ਕਿਹਾ ਜੀ ਤੁਸੀਂ ਆਹ ਕਰਤੂਤਾਂ ਕਰ ਰਹੇ ਹੋ ਅੰਡਰਸਟੈਂਡਿੰਗ ਤਾਂ ਇਹ ਸੀ ਕਿ ਵੀ ਤੁਸੀਂ ਜਿਹੜੀ ਟੈਨਸ਼ਨ ਹੈ ਉਹਨੂੰ ਈਜ਼ੀ ਕਰਨ ਦੇ ਲਈ ਕਦਮ ਚੁੱਕੋਗੇ ਔਰ ਕਲੋਜ਼ਿੰਗ ਜੋ ਨੇ ਅੱਗੋਂ ਇਹ ਕਿਹਾ ਉਹਨਾਂ ਦੇ ਫਾਰ ਸਮ ਟਾਈਮ ਇੰਡੀਅਨ ਸਾਈਡ ਹੈਜ਼ ਬਿਨ ਰੈਂਪਿੰਗ ਅਪ ਇਨਫਰਾਸਟ੍ਰਕਚਰ ਡਿਵੈਲਪਮੈਂਟ ਅਲੋਂਗ ਦਾ ਬਾਰਡਰ ਐਂਡ ਸਟੈਪਿੰਗ ਅਪ ਮਿਲਟਰੀ ਡਿਪਲੋਇਮੈਂਟ ਵਿਚ ਇਜ਼ ਦਾ ਰੂਟ ਕੋਜ਼ ਫਾਰ ਦਾ ਟੈਨਸ਼ਨਸ ਬਿਟਵੀਨ ਦਾ ਟੂ ਸਾਈਡਸ ਕਿ ਦੋਨੋਂ ਸਾਈਡਸ ਦੇ ਵਿੱਚ ਜਿਹੜੇ ਟਕਰਾਅ ਦਾ ਬੇਸਿਕ ਕਾਰਨ ਹੈ ਜ਼ਮੀਨੀ ਕਾਰਨ ਹੈ ਉਹ ਇਹ ਹੈ ਵੀ ਅਰਜ ਦਾ ਇੰਡੀਅਨ ਸਾਈਡ ਟੂ ਅਰਨੈਸਟਲੀ ਇੰਪਲੀਮੈਂਟ ਅਵਰ ਕੰਸੈਂਸਸ ਕਿ ਜਿਹੜੀ ਕੰਸੈਂਸਸ ਹੈ ਕਿ ਤੁਸੀਂ ਇੱਦਾਂ ਦੀਆਂ ਹਰਕਤਾਂ ਨਹੀਂ ਕਰੋਗੇ ਉਹਨੂੰ ਇੰਪਲੀਮੈਂਟ ਕਰੋ ਐਂਡ ਰਿਫਰੇਨ ਫਰੋਮ ਐਕਸ਼ਨਸ ਦੈਟ ਮਾਈਟ ਐਸਕੇਲੇਟ ਦਾ ਸਿਚੁਏਸ਼ਨ ਕਿ ਇਹ ਤੋਂ ਗਰੇਜ਼ ਕਰੋ ਜਿਹਦੇ ਨਾਲ ਹਾਲਾਤ ਹੋਰ ਬਦਤਰ ਹੋ ਸਕਦੇ ਨੇ ਐਂਡ ਟੇਕ ਕੰਕਰੀਟ ਮੈਸ਼ਰਸ ਟੂ ਸੇਫਗਾਰਡ ਐਂਡ ਟੂ ਸੇਫਗਾਰਡ ਪੀਸ ਐਂਡ ਟ੍ਰੈਂਕੁਲਿਟੀ ਅਲੋਂਗ ਦਾ ਬਾਰਡਰ ਕਿ ਇਹ ਸਰਹੱਦ ਦੇ ਉੱਤੇ ਅਮਨ ਔਰ ਸ਼ਾਂਤੀ ਬਣਾਈ ਰੱਖਣ ਦੇ ਲਈ ਜਿਹੜੇ ਲੋੜੀਂਦੇ ਕਦਮ ਨੇ ਉਹ ਚੁੱਕੋ ਸੋ ਇਸ ਇੱਕ ਜੇ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖੋ ਕਿ ਉਹਨਾਂ ਦੇ ਫੋਰਨ ਮਿਨਿਸਟਰੀ ਸਪੋਕਸਪਰਸਨ ਲੱਦਾਖ ਔਰ ਅਰੁਣਾਚਲ ਪ੍ਰਦੇਸ਼ ਨੂੰ ਇਲੀਗਲ ਆਕੂਪੇਸ਼ਨ ਕਹਿੰਦਾ ਜੋ ਬਾਰਡਰ 'ਤੇ ਚੱਲ ਰਿਹਾ ਇੰਡੀਆ ਉਸ ਦੇ ਲਈ ਜ਼ਿੰਮੇਵਾਰ ਹੈ ਔਰ ਵਾਰਨਿੰਗ ਹੈ ਕਿ ਜੇ ਤੁਸੀਂ ਇਹ ਨਾ ਹਟੇ ਇਹਦੇ ਤੋਂ ਤਾਂ ਫਿਰ ਅੱਗੇ ਉਹਨਾਂ ਨੇ ਫਿਲਮ ਦਾ ਬ੍ਰਾਂਚ ਛੱਡ ਦਿੱਤਾ ਉੱਧਰ ਚਾਈਨੀਜ਼ ਫੋਰਨ ਮਿਨਿਸਟਰ ਨੇ ਜਿਹੜਾ ਉਹ ਮਲੇਸ਼ੀਆ ਦੇ ਵਿੱਚ ਇਹ ਕਿਹਾ ਕਿ ਵੀ ਇਹ ਤੁਸੀਂ ਜੋ ਕੁਆਡ ਦੇ ਨਾਂ ਥੱਲੇ ਇਹ ਮਿੰਨੀ ਨੈਟੋ ਬਣਾ ਰਹੇ ਹੋ ਇਹ ਤੁਸੀਂ ਵਾਪਸ ਜਿਹੜਾ ਕਲੋਕ ਹੈ ਹਿਸਟਰੀ 'ਚ ਉਹਨੂੰ ਬੈਕ ਲਿਜਾ ਰਹੇ ਹੋ ਔਰ ਇਹ ਕੋਲਡ ਵਾਰ ਈਰਾ ਮਤਲਬ ਇਹ ਹੈ ਕਿਉਂਕਿ ਅਮਰੀਕਾ ਤੱਕ ਤਾਂ ਚੀਨ ਨੇ ਕੀ ਪਹੁੰਚਣਾ ਜਾਂ ਅਮਰੀਕਾ ਨੇ ਚੀਨ ਤੱਕ ਕੀ ਪਹੁੰਚਣਾ ਅਲਟੀਮੇਟਲੀ ਜਦੋਂ ਕੋਈ ਫਿਰ ਭਖਿਆ ਹੁੰਦਾ ਜਿਹੜਾ ਸਭ ਤੋਂ ਨੇੜੇ ਹੁੰਦਾ ਉਸ ਤੋਂ ਪਹਿਲਾਂ ਜ਼ੋਰ ਦੀ ਚਪੇੜ ਪਹਿਲਾਂ ਉਹਨੂੰ ਵੱਜਦੀ ਹੈ ਸੋ ਮੈਨੂੰ ਲੱਗਦਾ ਵੀ ਇਹ ਔਰ ਜਿਹੜੇ ਉਹਨਾਂ ਦੇ ਐਕਸਪਰਟ ਨੇ ਉਹਨਾਂ ਦਾ ਇਹ ਕਹਿਣਾ ਕਿ ਹੋਰ 3-4 ਸਾਲ 'ਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੇ 'ਚ ਚਾਈਨਾ ਅਮਰੀਕਾ ਨੂੰ ਵੀ ਬੀਟ ਕਰਦਾ ਹੈਗਾ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਪੀਪਲ ਲਿਬਰੇਸ਼ਨ ਆਰਮੀ ਹੈ ਉਹ ਆਪਣੇ ਆਪ ਨੂੰ ਉਸ ਦਿਨ ਲਈ ਪ੍ਰਪੇਅਰ ਕਰ ਰਹੀ ਹੈ ਔਰ ਆਉਣ ਉਹ ਇਹ ਦੇਖ ਰਹੇ ਨੇ ਜਿਹੜੇ ਉਹਨਾਂ ਦੇ ਐਕਸਪਰਟ ਵੀ ਨੇ ਕਿ ਜਿਹੜੀਆਂ ਭਾਰਤ ਨੇ ਨੀਤੀਆਂ ਬਣਾ ਰਹੀਆਂ ਨੇ ਚਾਈਨਾ ਦੇ ਨਾਲ ਟਕਰਾਅ ਜਿਹੜਾ ਹੈ ਉਹ ਇਨਐਵੀਟੇਬਲ ਹੈ ਔਰ ਚਾਈਨਾ ਆਪਣੀ ਟਾਈਮਿੰਗ ਦੇ ਉੱਤੇ ਕਰੇਗਾ ਔਰ ਫਿਰ ਜੋ ਹੋਏਗਾ ਉਹ ਤਾਂ ਹੁਣ ਇਹੀ ਕਹਿ ਸਕਦੇ ਹਾਂ ਵੀ ਕਿਆ ਹੋਗਾ ਤੇਰਾ ਕਾਲੀਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਜੁੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ